ਪਿੰਡ ਚੂੜੋਵਾਲੀ ਵਿੱਚ ਘਰ ਦੇ ਦਰਵਾਜ਼ੇ ਤੋੜ ਕੇ ਚੋਰ ਘਰ ਦਾ ਘਰੇਲੂ ਸਮਾਨ ਲੈ ਕੇ ਹੋਏ ਰਫੂ ਚੱਕਰ। ਰਾਜਵਿੰਦਰ ਕੌਰ ਨੇ ਕਿਹਾ ਕਿ ਮੈਂ ਬੀਤੀ ਰਾਤ ਪੇਕਿਆਂ ਦੇ ਗਈ ਹੋਈ ਸੀ, ਜਦੋਂ ਘਰ ਆ ਕੇ ਵੇਖਿਆ ਤਾਂ ਘਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਮੇਰੇ ਘਰ ਵਿੱਚੋਂ ਇਨਵੈਟਰ, ਬੈਟਰਾ, ਗੈਸ ਸਿਲੰਡਰ, ਟੂਟੀਆਂ, ਡਿਸ਼ ਅਤੇ ਨਕਦੀ ਅਤੇ ਪਿੱਤਲ ਦੇ ਭਾਂਡੇ ਲੈ ਕੇ ਚੋਰ ਰਫੂ ਚੱਕਰ ਹੋ ਗਏ। ਲਾਈਵ ਪੰਜਾਬ ਨਿਊਜ਼ ਤੋਂ ਪਰਮਜੀਤ ਸਾਬੀ ਦੀ ਵਿਸ਼ੇਸ਼ ਰਿਪੋਰਟ। ਤੁਹਾਡਾ ਕੀ ਨਾਂ ਹੈ ਜੀ ਅਤੇ ਪਿੰਡ ਆਪਣਾ ਕਿਹੜਾ? ਅੱਛਾ, ਜੇ ਦੇਰ ਰਾਤ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ, ਕੀ ਮਸਲਾ ਕੀ ਸੀਗਾ? ਤੁਸੀਂ ਕਿੱਥੇ ਗਏ ਹੋਏ ਸੀਗੇ? ਅੱਛਾ, ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈਗੀ ਆ? ਕੀ ਨਾਂ ਆਪਣਾ? ਮੇਰਾ ਨਾਮ ਗੁਰਦੀਪ। ਅੱਛਾ, ਤੇ ਪਿੰਡ ਕਿਹੜਾ? ਚੋੜਾਵਾਲੀ। ਅੱਛਾ, ਜੋ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ, ਮਸਲਾ ਕੀ ਤੇ ਤੁਸੀਂ ਕਿੱਥੇ ਸੀਗੇ ਉਦੋਂ? ਅਸੀਂ ਘਰ ਤੇ ਹੈ ਨਹੀਂ ਸੀਗੇ, ਤੇ ਘਰੇ ਗਏ ਸੀਗੇ ਤੇ ਘਰ ਦੀ ਜਿੰਦੇ ਲੱਗੇ ਸੀਗੇ, ਵਿੱਚ ਸਿਲੰਡਰ ਸਾਡਾ ਚੋਰ ਕਰਕੇ ਲੈ ਗਏ, ਇਨਵੈਟਰ ਲੈ ਗਏ, ਸਪੀਕਰ ਅਤੇ ਚਾਂਦੀ ਦਾ ਸੀਗੇ ਗਹਿਣੇ, ਸੋਨੇ ਦੇ ਸੀਗੇ ਬਾਲੀਆਂ ਅਤੇ ਨਕਦੀ ਸੀ 20,000 ਰੁਪਏ, ਉਹ ਵੀ ਚੱਕ ਕੇ ਲੈ ਗਏ। ਹੋਰ ਪੇਟੀਆਂ ਦੇ ਜਿੰਦੇ ਸਾਰੇ ਟੁੱਟੇ ਸੀ ਅਤੇ ਸਾਰਾ ਸਮਾਨ ਸਿਲੰਡਰ ਲੈ ਗਏ। ਅੱਛਾ, ਤੁਹਾਨੂੰ ਕਿਸੇ 'ਤੇ ਕੋਈ ਸ਼ੱਕ ਹੈਗੀ ਆ? ਸਾਨੂੰ ਹਜੇ ਕਿਸੇ 'ਤੇ ਸ਼ੱਕ ਨਹੀਂ। ਤੁਹਾਡਾ ਨਾਮ ਕੀ ਆ? ਦਿਲਪ੍ਰੀਤ ਭਾਜੀ। ਪਿੰਡ ਚੂੜੋਵਾਲੀ। ਅੱਛਾ, ਜੋ ਇਹ ਚੋਰੀ ਦੀ ਵਾਰਦਾਤ ਹੋਈ, ਕੀ ਮਸਲਾ ਆ ਅਤੇ ਤੁਸੀਂ ਕਿੱਥੇ ਗਏ ਸੀ ਚੋਰੀ ਹੋਈ? ਭਾਜੀ, ਅਸੀਂ ਆਪਣੇ ਘਰ ਦੂਜੇ ਘਰ ਸੀਗੇ ਨਹੀਂ, ਅਤੇ ਮਾਮਾ ਜੀ ਹੁਣੇ, ਮਾਮੀ ਹੁਣੇ ਸਾਡੇ ਗਏ ਸੀ, ਮਾਮੀ ਹੁਣੇ ਅਤੇ ਆਪਣੇ ਮੇਰੇ ਬ੍ਰਦਰ ਹੁਣੇ ਵੀ ਨਾਲ ਸਿਸਟਰ ਵੀ ਸੀਗੇ ਜੀ। ਟੁੱਲੂ ਪੰਪ ਚੋਰੀ ਹੋਇਆ ਭਾਜੀ, ਪੇਟੀ ਨੂੰ ਗਹਿਣਾ ਗੱਟਾ ਵੀ ਚੋਰੀ ਹੋ ਗਿਆ, ਸਿਲੰਡਰ ਹੋ ਗਏ, ਟੁੱਲੂ ਪੰਪ ਹੋ ਗਏ ਜੀ, ਟਰੰਕ ਵਗੈਰਾ ਪੇਟੀਆਂ 'ਚ ਸਮਾਨ ਸਾਰਾ ਕੱਢ ਕੇ ਲੈ ਗਏ, ਸਮਾਨ ਸਾਰਾ ਭੰਨਿਆ ਜੀ ਉਹਨਾਂ ਨੇ। ਮਤਲਬ ਕਿ ਕਿਸੇ 'ਤੇ ਕੋਈ ਸ਼ੱਕ ਹੈਗੀ ਆ? ਸ਼ੱਕ ਵਗੈਰਾ ਭੰਨਿਆ ਜੀ।